एसएसपी साहब, क्या तैयारियां हैं पुलिस की और सर कितने डिप्लॉयमेंट जो है वो मोहाली में की? सब तो पहला था मैं मोहाली पुलिस वालों, पंजाब पुलिस वालों सारिया नूं नवें साल की बधाई दिना हाँ। मैं अरदास करता हाँ कि ये जो नवा साल है सारिया के लिए खुशियां लियावे, तंदुरुस्ती लियावे ते सारे नूं अपने जिहड़े माड़े अंसरां नूं नाल लड़न दा आपां नूं सारिया नूं बल बख्शे। ਤੇ ਨਵੇਂ ਸਾਲ ਦੇ ਤਹਿਤ ਮੋਹਾਲੀ ਪੁਲਿਸ ਬਿਲਕੁਲ ਮੁਸ਼ਤੈਦ ਤੇ ਪ੍ਰੋਪਰ ਜਿਹੜੀ ਹੈਗੀ ਹੈ ਸਾਡੀ ਪਲੈਨਿੰਗ ਜਿਹੜੀ ਡਿਊਟੀ ਦੀ ਆਲਰੇਡੀ ਹੋ ਰੱਖੀ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਰੈਗੂਲਰ ਨਾਕਾਬੰਦੀ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ। ਅੱਜ ਰਾਤ ਵੀ 31 ਦਸੰਬਰ ਦੀ ਰਾਤ ਵੀ ਅੱਜ ਅਸੀਂ ਪ੍ਰੋਪਰ ਜਿਹੜੀ ਹੈਗੀ ਹੈ ਡਿਪਲੋਇਮੈਂਟ ਕੀਤੀ ਹੈ। ਕਰੀਬ 12 ਐਸਪੀਸ, 6 ਐਸਪੀਸ, 12 ਡੀਐਸਪੀਸ, ਸਾਰੇ ਜਿਹੜੇ SHO ਸਾਹਿਬਾਨ ਹੈਗੇ ਨੇ, ਯੂਨਿਟ ਇੰਚਾਰਜਸ ਹੈਗੇ ਨੇ ਤੇ ਕਰੀਬ 1000 ਦੇ ਆਸ ਪਾਸ ਜਿਹੜੀ ਫੋਰਸ ਹੈ ਉਹ ਹੁਣ ਤੋਂ ਹੀ ਡਿਪਲੋਇਡ ਹੈ ਤੇ ਰੈਗੂਲਰ ਨਾਕਾਬੰਦੀ ਰਾਤ ਨੂੰ ਲੇਟ ਤੱਕ ਚੱਲੇਗੀ। ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਜੋ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ 1 ਵਜੇ ਦਾ ਜਿਹੜਾ ਟਾਈਮ ਹੈਗਾ ਫਿਕਸ ਕੀਤਾ ਹੈ, 1 AM ਦਾ ਟਾਈਮ ਜਿਹੜਾ ਹੈਗਾ ਫਿਕਸ ਕੀਤਾ ਹੈ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹੂੰਗਾ ਕਿ 1 ਵਜੇ ਤੱਕ ਸਾਰੇ ਜਿਹੜੇ ਰੈਸਟੋਰੈਂਟਸ, ਕਲੱਬਸ ਵਗੈਰਾ ਹੈਗੇ ਆ ਉਹ ਸਾਰੇ ਬੰਦ ਕਰਾ ਦਿੱਤੇ ਜਾਣਗੇ। ਤੁਸੀਂ ਆਪਦੇ ਲੈਵਲ ਤੇ ਹੀ ਬੰਦ ਕਰ ਦਿਓ ਤੇ ਜਿਹੜੀ ਆਪਣੀ ਨਵਾਂ ਸਾਲ ਤੱਕ ਆਪਾਂ ਧੂਮਧਾਮ ਨਾਲ 12 ਵਜੇ ਰਿੰਗ ਇਨ ਕਰ ਸਕੀਏ ਤੇ ਉਸ ਤੋਂ ਬਾਅਦ ਬਿਨਾਂ ਕਿਸੇ ਹੁਲੜਬਾਜ਼ੀ ਜਾਂ ਲੜਾਈ ਝਗੜੇ ਤੋਂ ਆਪਾਂ ਇਹ ਜਿਹੜਾ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਨਾਲ, ਖੁਸ਼ੀਆਂ ਨਾਲ ਮਨਾ ਸਕੀਏ। ਮਾਨਯੋਗ CM ਸਾਹਿਬ ਦੇ ਤੇ ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਪੰਜਾਬ ਪੁਲਿਸ ਵੱਲੋਂ ਛੇੜੀ ਗਈ ਹੈ ਉਹ ਲਗਾਤਾਰ ਸਾਡੀ ਜਾਰੀ ਹੈ। ਮੋਹਾਲੀ ਪੁਲਿਸ ਵੱਲੋਂ ਵੀ ਇਸ 'ਚ ਕਾਫੀ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਨੇ। ਪਿਛਲੇ 1 ਸਾਲ ਦੌਰਾਨ ਬਹੁਤ ਮੇਜਰ ਡਰੱਗ ਦੀਆਂ ਰਿਕਵਰੀਜ਼ ਕੀਤੀਆਂ ਗਈਆਂ ਨੇ, ਉਹਨਾਂ ਨੂੰ ਡਰੱਗ ਸਮਗਲਰਸ ਜਿਹੜੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਿਹੜੇ ਵੀ ਮਾੜੇ ਅਨਸਰ ਹੈ, ਗੈਂਗਸਟਰਸ ਹੈ, ਉਹਨਾਂ ਦੇ ਖਿਲਾਫ ਵੀ ਸਖਤੀ ਨਾਲ ਜਿਹੜੀ ਹੈ ਮੋਹਾਲੀ ਪੁਲਿਸ ਪੇਸ਼ ਆਈ ਹੈ ਤੇ ਇਸੇ ਤਰ੍ਹਾਂ ਹੀ ਨਵੇਂ ਆਉਣ ਵਾਲੇ ਸਾਲ ਦੇ ਵਿੱਚ ਵੀ ਜਿਹੜੀ ਸਾਡੀ ਸਖਤੀ ਹੈ ਪੁਲਿਸ ਦੀ ਉਹ ਲਗਾਤਾਰ ਜਾਰੀ ਰਹੇਗੀ ਮਾੜੇ ਅਨਸਰਾਂ ਦੇ ਖਿਲਾਫ। ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ ਜਿਹੜੇ ਹੈਗੇ 112 ਅਤੇ 181 ਉਹਤੇ ਇਨਫੋਰਮੇਸ਼ਨ ਦੇ ਸਕਦੇ ਹੋ ਤੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹਤੇ ਪ੍ਰੋਪਰ ਕਾਰਵਾਈ ਹੋਏਗੀ, ਸਖਤੀ ਨਾਲ ਕਾਰਵਾਈ ਹੋਏਗੀ ਤੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਵੀ ਸੀਕ੍ਰੇਟ ਰੱਖੀ ਜਾਏਗੀ। ਠੀਕ ਹੈ।